ਤਾਂ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੱਧੂ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਨੇ। ਉਹਨਾਂ ਦਾ ਅੱਜ ਵਿਆਹ ਹੈ। ਪਹਿਲੀ ਤਸਵੀਰ ਵਿਆਹ ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਨੇ। ਕਰਨ ਸਿੱਧੂ ਔਰ ਉਹਨਾਂ ਦੀ ਪਤਨੀ ਇਨਾਇਤ ਕੌਰ ਰੰਧਾਵਾ ਵੀ ਨਜ਼ਰ ਆ ਰਹੇ ਨੇ। ਇਹ ਵਿਆਹ ਦੀ ਪਹਿਲੀ ਤਸਵੀਰ ਹੈ। ਸ਼ੇਰਵਾਨੀ ਕਰਨ ਸਿੱਧੂ ਨੇ ਪਾਈ ਹੋਈ ਹੈ, ਨਾਲ ਉਹਨਾਂ ਦੇ ਐਮ ਪੀ ਗੁਰਜੀਤ ਔਜਲਾ, ਸਾਬਕਾ ਇੱਕ ਐਮ ਐਲ ਏ ਨੇ ਗੁਲਜ਼ਾਰ ਇੰਦਰ ਚਾਹਲ ਨੇ। ਇਸ ਤੋਂ ਬਿਨਾਂ ਨਵਜੋਤ ਸਿੰਘ ਸਿੱਧੂ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ। ਤਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਸ਼ਹਿਨਾਈਆਂ ਗੂੰਜ ਰਹੀਆਂ ਨੇ। ਅੱਜ ਉਹਨਾਂ ਦੇ ਪੁੱਤਰ ਦਾ ਵਿਆਹ, ਕਰਨ ਸਿੱਧੂ ਦਾ ਵਿਆਹ ਹੈ। ਦੱਸ ਦਈਏ ਕਿ ਕਰੀਬ 4 ਮਹੀਨੇ ਪਹਿਲਾਂ 26 ਜੂਨ ਨੂੰ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੋਣ ਵਾਲੀ ਨੂੰਹ ਇਨਾਇਤ ਕੌਰ ਰੰਧਾਵਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਇਨਾਇਤ ਕੌਰ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ। ਇਨਾਇਤ ਅਤੇ ਕਰਨ ਦੀ ਰਿਸ਼ੀਕੇਸ਼ ਦੇ ਵਿੱਚ ਮੰਗਣੀ ਹੋਈ। ਇਨਾਇਤ ਦੇ ਪਿਤਾ ਮਨਿੰਦਰ ਰੰਧਾਵਾ ਫੌਜ ਦੇ ਵਿੱਚ ਨੌਕਰੀ ਕਰ ਚੁੱਕੇ ਨੇ। ਉਹ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਵਿੱਚ ਡਿਪਟੀ ਡਾਇਰੈਕਟਰ ਵਜੋਂ ਤੈਨਾਤ ਹਨ। ਸੋ ਅੱਜ ਕਰਨ ਸਿੱਧੂ, ਜੋ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਨੇ, ਉਹਨਾਂ ਦਾ ਵਿਆਹ ਹੈ ਇਨਾਇਤ ਕੌਰ ਰੰਧਾਵਾ ਦੇ ਨਾਲ। ਇਹ ਪਹਿਲੀ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਐਮ ਪੀ ਗੁਰਜੀਤ ਔਜਲਾ, ਇੱਕ ਸਾਬਕਾ ਐਮ ਐਲ ਏ ਗੁਲਜ਼ਾਰ ਇੰਦਰ ਚਾਹਲ, ਖੁਦ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਨੇ, ਨਾਲ ਉਹਨਾਂ ਦੇ ਕਰਨ ਸਿੱਧੂ ਅਤੇ ਉਹਨਾਂ ਦੀ ਪਤਨੀ ਇਨਾਇਤ ਕੌਰ ਰੰਧਾਵਾ ਵੀ ਨਜ਼ਰ ਆ ਰਹੇ ਨੇ। ਸੋ ਇਹ ਪਹਿਲੀ ਤਸਵੀਰ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਦੇ ਵਿਆਹ ਦੀ ਸਾਹਮਣੇ ਆਈ ਹੈ। ਤਾਂ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੱਧੂ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਨੇ। ਉਹਨਾਂ ਦਾ ਅੱਜ ਵਿਆਹ ਹੈ। ਪਹਿਲੀ ਤਸਵੀਰ ਵਿਆਹ ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਨੇ। ਕਰਨ ਸਿੱਧੂ ਔਰ ਉਹਨਾਂ ਦੀ ਪਤਨੀ ਇਨਾਇਤ ਕੌਰ ਰੰਧਾਵਾ ਵੀ ਨਜ਼ਰ ਆ ਰਹੇ ਨੇ। ਇਹ ਵਿਆਹ ਦੀ ਪਹਿਲੀ ਤਸਵੀਰ ਹੈ। ਸ਼ੇਰਵਾਨੀ ਕਰਨ ਸਿੱਧੂ ਨੇ ਪਾਈ ਹੋਈ ਹੈ, ਨਾਲ ਉਹਨਾਂ ਦੇ ਐਮ ਪੀ ਗੁਰਜੀਤ ਔਜਲਾ, ਸਾਬਕਾ ਇੱਕ ਐਮ ਐਲ ਏ ਨੇ ਗੁਲਜ਼ਾਰ ਇੰਦਰ ਚਾਹਲ ਨੇ। ਇਸ ਤੋਂ ਬਿਨਾਂ ਨਵਜੋਤ ਸਿੰਘ ਸਿੱਧੂ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ। ਤਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਸ਼ਹਿਨਾਈਆਂ ਗੂੰਜ ਰਹੀਆਂ ਨੇ। ਅੱਜ ਉਹਨਾਂ ਦੇ ਪੁੱਤਰ ਦਾ ਵਿਆਹ, ਕਰਨ ਸਿੱਧੂ ਦਾ ਵਿਆਹ ਹੈ। ਦੱਸ ਦਈਏ ਕਿ ਕਰੀਬ 4 ਮਹੀਨੇ ਪਹਿਲਾਂ 26 ਜੂਨ ਨੂੰ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੋਣ ਵਾਲੀ ਨੂੰਹ ਇਨਾਇਤ ਕੌਰ ਰੰਧਾਵਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਇਨਾਇਤ ਕੌਰ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ। ਇਨਾਇਤ ਅਤੇ ਕਰਨ ਦੀ ਰਿਸ਼ੀਕੇਸ਼ ਦੇ ਵਿੱਚ ਮੰਗਣੀ ਹੋਈ। ਇਨਾਇਤ ਦੇ ਪਿਤਾ ਮਨਿੰਦਰ ਰੰਧਾਵਾ ਫੌਜ ਦੇ ਵਿੱਚ ਨੌਕਰੀ ਕਰ ਚੁੱਕੇ ਨੇ। ਉਹ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਵਿੱਚ ਡਿਪਟੀ ਡਾਇਰੈਕਟਰ ਵਜੋਂ ਤੈਨਾਤ ਹਨ। ਸੋ ਅੱਜ ਕਰਨ ਸਿੱਧੂ, ਜੋ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਨੇ, ਉਹਨਾਂ ਦਾ ਵਿਆਹ ਹੈ ਇਨਾਇਤ ਕੌਰ ਰੰਧਾਵਾ ਦੇ ਨਾਲ। ਇਹ ਪਹਿਲੀ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਐਮ ਪੀ ਗੁਰਜੀਤ ਔਜਲਾ, ਇੱਕ ਸਾਬਕਾ ਐਮ ਐਲ ਏ ਗੁਲਜ਼ਾਰ ਇੰਦਰ ਚਾਹਲ, ਖੁਦ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਨੇ, ਨਾਲ ਉਹਨਾਂ ਦੇ ਕਰਨ ਸਿੱਧੂ ਅਤੇ ਉਹਨਾਂ ਦੀ ਪਤਨੀ ਇਨਾਇਤ ਕੌਰ ਰੰਧਾਵਾ ਵੀ ਨਜ਼ਰ ਆ ਰਹੇ ਨੇ। ਸੋ ਇਹ ਪਹਿਲੀ ਤਸਵੀਰ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਦੇ ਵਿਆਹ ਦੀ ਸਾਹਮਣੇ ਆਈ ਹੈ।